ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਚੈਨਲ YouTube ਫਾਰਮਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਜਿਹੜੀ ਆਪਾਂ ਕਣਕ ਦੀ ਕਿਸਮ ਦੀ ਗੱਲ ਕਰਨ ਲੱਗੇ ਆ ਡੀਬੀਡਬਲ 187 ਤੇ ਇਸ ਸੰਬੰਧੀ ਅੱਜ ਗੱਲ ਕਰਾਂਗੇ ਵੀ ਹੁਣ ਤੱਕ ਇਹ ਕੀ ਜਿਹੜੀ ਸਥਿਤੀ ਤੱਕ ਪਹੁੰਚੀ ਹੈ ਤੇ ਇਹਦੀ ਕੀ ਰਿਪੋਰਟ ਹੈ। ਇਹਨੂੰ ਕਿਹੜਾ ਖਾਦ ਵਗੈਰਾ ਜਾਂ ਸਪਰੇ ਵਗੈਰਾ ਹੁਣ ਤੱਕ ਕੋਈ ਹੈ ਸਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਫਸਲ ਨੂੰ ਦੇਖਾਂਗੇ ਵੀ ਫਸਲ ਤੱਕ ਕਿਵੇਂ ਦੀ ਖੜੀ ਹੈ। ਤੇ ਦੀ ਜੇ ਖਾਸ ਗੱਲ ਇਹ ਦੇਖੀਏ ਵੀ ਇਹਦਾ ਜਿਹੜਾ ਰੰਗ ਹੈ ਕਾਫੀ ਗੂੜਾ ਕਾਲਾ ਰੰਗ ਹੈ ਤੇ ਇਹਦੇ ਪੱਤਿਆਂ ਦੀ ਚੜਾਈ ਹੈ ਜਿਹੜੀ ਆਮ ਵੈਰੈਟੀ ਨਾਲੋਂ ਕਾਫੀ ਜਿਹੜੀ ਥੋੜੀ ਜਿਹੀ ਵੱਧ ਹੈ ਤੇ ਜਿਸ ਕਾਰਨ ਦੇਖਣ ਨੂੰ ਬਹੁਤ ਜ਼ਿਆਦਾ ਕਹੀ ਆਪਾਂ ਵੀ ਵਧੀਆ ਲੱਗਦੀ ਹੈ ਤੇ ਰੰਗ ਵੀ ਇਹਦਾ ਕਾਫੀ ਸ਼ਾਹ ਕਾਲਾ ਤੇ ਬਾਕੀ ਤੁਸੀਂ ਇਹਨੂੰ ਨਿਗਾਹ ਮਾਰ ਸਕਦੇ ਹੋ ਥੱਲੇ ਤੱਕ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੀ ਹੋਈ ਜਾ ਪੱਥਲੇ ਤੋਂ ਕੋਈ ਵੀ ਪੱਤੇ ਗਲਣ ਵਗਦੀ ਰੇ ਸਮੱਸਿਆ ਆ ਜਾਂਦੀ ਆ ਪੱਤੇ ਪੀਲੇ ਪੈਣ ਲੱਗਦੇ ਨੇ ਉੱਪਰ ਤੋਂ ਜਾਂ ਥੱਲੇ ਉਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ਦਾ ਜਿਹੜਾ ਸਾਹਮਣਾ ਇਸ ਵੈਰੈਟੀ ਵਿੱਚ ਨਹੀਂ ਆਇਆ ਤੇ ਵੈਰੈਟੀ ਜਿਹੜੀ 2019 ਵਿੱਚ ਲਾਂਚ ਕੀਤੀ ਗਈ ਸੀਗੀ ਤੇ ਇਸ ਦੇ ਸੰਬੰਧੀ ਜੇ ਆਪਾਂ ਗੱਲ ਕਰੀ ਜਿਹੜੀ ਝਾੜ ਦੀ ਤਾਂ ਜਿਹੜਾ ਝਾੜ ਆ ਉਹ ਲਗਭਗ ਇਹਦਾ 24 ਤੋਂ ਲੈ ਕੇ 28 ਕਵਾਂਟਲ ਤੱਕ ਜਿਹੜਾ ਜਿਹੜਾ ਦਿੱਲੀ ਦਾ ਖੇਤੀ ਕੇਂਦਰ ਉਹਦੇ ਦੁਆਰਾ ਦੱਸਿਆ ਗਿਆ ਇਹ ਦਿੱਲੀ ਦੁਆਰਾ ਹੀ ਜਿਹੜੀ ਲਾਂਚ ਕੀਤੀ ਗਈ ਕਿਸਮ ਆ ਤੇ ਇਹਦਾ ਜਿਹੜਾ ਝਾੜ ਆ ਵੱਖ-ਵੱਖ ਇਲਾਕਿਆਂ ਵਿੱਚ ਜਿਹੜਾ ਟੈਸਟ ਕੀਤਾ ਗਿਆ ਉਸ ਦੇ ਵਿੱਚ 24 ਤੋਂ ਲੈ ਕੇ 28 29 ਕੁਇੰਟਲ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਿਆ ਸੀ ਤੇ ਜੇਕਰ ਇਹਨੂੰ ਆਪਾਂ ਖਾਦ ਦੀ ਗੱਲ ਕਰੀਏ ਇਹਨੂੰ ਦੋ ਬੈਗ ਯੂਰੀਆ ਲਗਾਏ ਗਏ ਨੇ ਤੇ ਹਾਲੇ ਤੱਕ ਇੱਕ ਪਾਣੀ ਲੱਗਿਆ ਹੈ ਤੇ ਇਸ ਤੋਂ ਬਿਨਾਂ ਇੱਕ ਦੋ ਜਿਹੜੇ ਬਰਸਾਤਾਂ ਹੋ ਗਈਆਂ ਸਨ ਤਾਂ ਉਸ ਕਾਰਨ ਪਾਣੀ ਦੀ ਲੋੜ ਨਹੀਂ ਪਈ ਸੀ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਨਹੀਂ ਕਿਸਮਾਂ ਕਣਕ ਦੀ ਆਮ ਨਾਰਮਲ ਬਲੈਟੀਆਂ ਜਿਹੜੀਆਂ ਚੱਲਦੀਆਂ ਨੇ ਤਾਂ ਉਹਦੇ ਮੁਕਾਬਲੇ ਏਸੀਡੀ ਕਿਸਮਾਂ ਉਹਦਾ ਜਿਹੜਾ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਇਹ ਆਪਣੀ ਨਾਰਮਲ ਵੈਰਟੀਆਂ ਜਿਹੜੀਆਂ ਆਮ ਚੱਲਦੀਆਂ ਨੇ ਉਹਨੇ ਤੇ ਇਧਰ ਆਪਣੀਆਂ ਹੈਗੀਆਂ ਡੀਬੀਡਬਲ 187 ਤੇ ਤੁਸੀਂ ਫਰਕ ਤੁਹਾਡੇ ਸਾਹਮਣੇ ਹੈ ਦੇ ਵਿੱਚ ਤੇ ਬਾਕੀ ਇਹਨੂੰ ਜਿਹੜਾ ਨਸਾਰਾ ਕਿਤੇ ਕਿਤੇ ਹੋਣ ਲੱਗ ਗਿਆ ਹੈ ਕਿਤੇ ਕਿਤੇ ਹਲਕੇ ਰੂਪ ਵਿੱਚ ਜੜੀਆਂ ਬੱਲੀਆਂ ਨੂੰ ਦਿਖਣ ਨੂੰ ਮਿਲ ਰਹੀਆਂ ਨੇ ਤੇ ਆਉਣ ਵਾਲੇ ਲਗਭਗ 10-15 ਦਿਨ ਦੇ ਵਿੱਚ ਉਮੀਦ ਹੈ ਵੀ ਇਹਦਾ ਜਿਹੜਾ ਨਸਾਰਾ ਕਾਫੀ ਜ਼ਿਆਦਾ ਹੋ ਜਾਊਗਾ ਲਗਭਗ ਫਰਵਰੀ ਦੇ ਅੰਤ ਤੱਕ ਤੇ ਇਹਨੂੰ ਹੁਣ ਜੇ ਆਪਾਂ ਖੇਤ ਦੇ ਵਿੱਚੋਂ ਝਾਤ ਮਾਰੀਏ ਤਾਂ ਥੱਲੇ ਤੱਕ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਕੋਈ ਬਿਮਾਰੀ ਦਾ ਹਮਲਾ ਨਹੀਂ ਕੋਈ ਜਿਆਦਾ ਪੱਤੇ ਪੀਲੇ ਨਹੀਂ ਹੋਏ ਸਭ ਕੁਝ ਵਧੀਆ ਕੁਆਲਿਟੀ ਵਿੱਚ ਖੜੀ ਹੈ ਤੇ ਜਿਹੜੀ ਨਾੜੀ ਹੈ ਉਹ ਵੀ ਕਾਫੀ ਜਿਆਦਾ ਵਧੀਆ ਨਾਲ ਹੀ ਬਣੀ ਹੋਈ ਹੈ ਤੇ ਦੇਖਣ ਨੂੰ ਹਲ ਤੱਕ ਫਿਲਹਾਲ ਜਿਹੜੀ ਇਹ ਕਿਸਮਾ ਕਾਫੀ ਵਧੀਆ ਲੱਗ ਰਹੀ ਹੈ ਉਮੀਦ ਹੈ ਵੀ ਝਾੜ ਵੀ ਇਸ ਦਾ ਵਧੀਆ ਹੋਵੇਗਾ ਤੇ ਬਾਕੀ ਜੋ ਸਮੇਂ ਤੇ ਇਹਦੀ ਇਹਦੀ ਰਿਪੋਰਟ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਜਦੋਂ ਇਹਦਾ ਨਸਾਰਾ ਪੂਰਾ ਹੋ ਜਾਊ ਉਸ ਸਮੇਂ ਵੀ ਆਪਾਂ ਇਹਦੀ ਰਿਪੋਰਟ ਸਾਂਝੀ ਕਰਾਂਗੇ ਵੀ ਇਹਦੀਆਂ ਬੱਲੀਆਂ ਕਿਵੇਂ ਨੇ ਕਿਸ ਹਿਸਾਬ ਨਾਲ ਇਹ ਦਾਣੇ ਬਣਦੀ ਪ੍ਰਕਿਰਿਆ ਤੇ ਜਦੋਂ ਇਸ ਕਣਕ ਦੀ ਬਾਢੀ ਹੋ ਜਾਵੇਗੀ ਤਾਂ ਉਸ ਸਮੇਂ ਵੀ ਆਪਾਂ ਇਹਦੀ ਝਾੜ ਦੀ ਜਿਹੜੀ ਰਿਪੋਰਟ ਆ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਉਦੋਂ ਤੱਕ ਲਈ ਧੰਨਵਾਦ ਜੀ ਸੋ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਪਾਂ ਆਉਣ ਵਾਲੇ ਸਮੇਂ ਵਿੱਚ ਜਿਹੜੀ HD 3226 ਕਿਸਮਾਂ ਜਿਸਦਾ ਵੀ ਝਾੜ ਲਗਭਗ 26 27 ਕੁਇੰਟਲ ਦੇ ਲਗਭਗ ਦੱਸਿਆ ਜਾ ਰਿਹਾ 26 27 ਤੋਂ 28 29 ਤੱਕ ਤਾਂ ਉਹਦੀ ਰਿਪੋਰਟ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜਲਦ ਹੀ 2-4 ਦਿਨਾਂ ਚ